ਸਤਿ ਸ਼੍ਰੀ ਅਕਾਲ ਜੀ। ਇਸ ਪ੍ਰੋਗਰਾਮ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਦੀਪ ਸਹਿਗਲ ਨਿੱਘਾ ਸਵਾਗਤ ਕਰਦੀ ਹਾਂ। ਬਿਲਕੁਲ ਜੀ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਹਮੇਸ਼ਾ ਵਿਦੇਸ਼ਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਤੁਸੀਂ ਦੂਰ ਪ੍ਰਦੇਸ਼ਾਂ ਦਾ ਆਪਣਾ ਸਫ਼ਰ ਤੈਅ ਕਰ ਸਕਦੇ ਹੈਗੇ ਹੋ, ਕਿਹੜੀ ਕਿਹੜੀ ਕੰਟਰੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਪਲਾਈ ਕੀਤਾ ਜਾ ਸਕਦਾ। ਇਹ ਸਾਰੀਆਂ ਕੁਐਰੀਜ਼ ਅਸੀਂ ਲਾਈਵ ਡਿਸਕਸ਼ਨ ਰਾਹੀਂ ਜਿਹੜੇ ਕਿ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹੈਗੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਗੈਸਟ ਜਿਹੜੇ ਜੁੜੇ ਨੇ ਜੀ, ਨੇਵੀਗੇਟਰ ਓਵਰਸੀਜ਼ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਵੀਨਾ ਗੋਇਲ ਜੀ। ਸੋ ਫਸਟ ਆਫ ਆਲ ਮੈਮ, ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸਵਾਗਤ ਹੈ। ਸੋ ਜਿੱਦਾਂ ਕਿ ਅਸੀਂ ਗੱਲ ਕਰ ਰਹੇ ਹੈਗੇ ਆ ਵਿਦੇਸ਼ਾਂ ਨੂੰ ਲੈ ਕੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਕੰਟਰੀਜ਼ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ, ਕਿਸ ਤਰੀਕੇ ਦੇ ਤੁਹਾਡੀ ਜਿਹੜੀ ਕੀ ਹੈ ਐਲੀਜੀਬਿਲਿਟੀ ਕ੍ਰਾਈਟੀਰੀਆ ਹੋਣਾ ਚਾਹੀਦਾ ਹੈਗਾ। ਸੋ ਪਹਿਲਾਂ ਜਿਹੜੀ ਕੰਟਰੀ ਦੇ ਬਾਰੇ ਅਸੀਂ ਡਿਸਕਸ਼ਨ ਕਰਨ ਜਾ ਰਹੇ ਹੈਗੇ ਹਾਂ ਜੀ, ਸਭ ਦੀ ਹਰਮਨ ਪਿਆਰੀ ਕੰਟਰੀ ਬਿਲਕੁਲ ਕੈਨੇਡਾ। ਸੋ ਕੈਨੇਡਾ ਦਾ ਕੀ ਸਿਨੈਰੀਓ ਚੱਲ ਰਿਹਾ ਮੈਮ? ਕੈਨੇਡਾ ਦੇ ਵਿੱਚ ਦੀਪ ਜੀ ਉਹੀ ਹੈ 6 ਬੈਂਡ ਜੀ ਚ ਹੋਣ ਤੇ ਐਸ ਡੀ ਐਸ ਚ ਜੀ, ਕੁਝ 5.5 ਇੱਕ ਅੱਧੇ ਮੋਡਿਊਲ ਚ ਤੇ ਨਾਨ ਐਸ ਡੀ ਐਸ ਚ ਜੀ। ਵੀਜ਼ਾ ਦੇ ਵਿੱਚ ਕੋਈ ਇੱਕ ਅੱਧੇ ਬੈਂਡ ਜਾਂ 5.5 ਹੈ ਤੇ ਉਹਦੇ ਵਿੱਚ ਕੋਈ ਇੰਨੀ ਪ੍ਰੋਬਲਮ ਨਹੀਂ ਹੈ। ਕਿਊਬਿਕ ਇਸ ਟਾਈਮ ਬਹੁਤ ਮਤਲਬ ਈਜ਼ੀਲੀ ਵੀਜ਼ਾ ਦੇ ਦਿੰਦਾ ਹੈ। ਕਿ ਕਿਸ ਤਰੀਕੇ ਦੇ ਨਾਲ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਬੱਚੇ ਦੀ ਪ੍ਰੋਫਾਈਲ ਜਿਹੜੀ ਕਿ ਇੱਦਾਂ ਦੀ ਹੋਣੀ ਚਾਹੀਦੀ ਹੈ ਤੇ ਸ਼ੋਰ ਸ਼ੋਰ ਵੀਜ਼ਾ ਆ ਸਕਦਾ ਹੈ? ਸਭ ਤੋਂ ਵੱਡਾ ਇਸ ਟਾਈਮ ਚੈਲੰਜ ਹੈ ਜਨਵਰੀ ਵਾਸਤੇ। ਓਕੇ, ਹਾਂਜੀ। ਤੇ ਮੇਰੇ ਕੋਲ ਇਸ ਟਾਈਮ ਜਿਹੜੇ ਕੁਝ ਕਾਲਜਿਸ ਹੈ ਜਿਹੜੇ ਜਨਵਰੀ ਵਾਸਤੇ ਆਫਰ ਲੈਟਰ ਦੇ ਰਹੇ ਹੈ, ਕਿਉਂਕਿ ਅਕਤੂਬਰ ਆਲਮੋਸਟ ਐਂਡ ਤੇ ਅਸੀਂ ਖੜੇ ਹਾਂ ਤੇ ਨਵੰਬਰ ਦਾ ਮਹੀਨਾ ਰਹਿ ਗਿਆ ਔਰ ਨਵੰਬਰ ਦੇ ਵਿੱਚ ਮਿਡਲ ਚ ਫਾਈਲ ਲੱਗ ਜਾਣੀ ਚਾਹੀਦੀ ਹੈ ਜਨਵਰੀ ਵਾਸਤੇ ਜੀ। ਤੇ ਮੇਰੇ ਕੋਲ 48 ਆਵਰਸ ਦੇ ਵਿੱਚ ਮੈਂ ਆਫਰ ਲੈਟਰ ਬੱਚੇ ਦੀ ਅਰੇਂਜ ਕਰ ਸਕਦੀ ਹਾਂ। ਉਹ ਬਹੁਤ ਵੱਡਾ ਚੈਲੰਜ ਹੈ। ਹਲੇ ਕਿੰਨਾ ਕੁ ਟਾਈਮ ਹੈਗਾ ਜਨ ਇਨਟੇਕ ਦੇ ਲਈ ਜੇ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਨੇ? ਬਿਲਕੁਲ ਲਾਸਟ ਟਾਈਮ ਹੈ, ਇਸ ਟਾਈਮ ਤੇ ਬਿਲਕੁਲ ਕੁਝ ਫਾਈਨਲ ਡੇਟਸ ਵਗੈਰਾ ਕੁਝ 5-7 ਦਿਨ ਚ ਜਿਹਨੂੰ ਆਫਰ ਲੈਟਰ ਮਿਲ ਜਾਏਗੀ ਉਹ ਅਪਲਾਈ ਕਰ ਸਕਦਾ ਹੈ, ਕਿਉਂਕਿ ਉਹਨਾਂ ਨੇ ਜਿਹੜਾ ਆਪਣਾ ਅਕਾਊਂਟ ਵੀ ਖੋਲਣਾ ਹੈ, ਜਿਹੜਾ ਇਹਨਾਂ ਦਾ ਜੀ ਆਈ ਸੀ ਅਕਾਊਂਟ ਹੁੰਦਾ ਹੈ, ਫਿਰ ਇਹਨਾਂ ਨੂੰ ਫੀਸ ਵੀ ਜਮਾ ਕਰਾਣੀ ਹੈ ਜੀ। ਫੀਸ ਜਮਾ ਕਰਾਉਣ ਦੇ ਬਾਅਦ ਐਲ ਓ ਏ ਆਣੀ ਹੈ, ਉਸਦੇ ਬੇਸ ਤੇ ਆਫਰ ਲੈਟਰ ਲੱਗਦਾ। ਦੈਟ ਮੀਨਸ ਜੇ ਕੋਈ ਕਾਲਜ ਹੈ ਤੁਹਾਡੇ ਕੋਲ ਜਿਹੜਾ ਇਮੀਡੀਏਟ ਆਫਰ ਲੈਟਰ ਦੇ ਰਿਹਾ, ਫਿਰ ਤੇ ਤੁਹਾਡੇ ਕੋਲ ਟਾਈਮ ਹੈ। ਅਦਰਵਾਈਜ਼ ਤੁਹਾਡੇ ਕੋਲ ਮਈ ਵਾਸਤੇ ਟਾਈਮ ਹੈ, ਸੈਪਟੈਂਬਰ ਵਾਸਤੇ ਟਾਈਮ ਹੈ, ਬਟ ਨਾਟ ਫਾਰ ਜਨਵਰੀ ਜੀ। ਜਨਵਰੀ ਵਾਸਤੇ ਮੇਰੇ ਕੋਲ ਕੁਝ ਜਿਹੜੇ ਕਾਲਜਿਸ ਹੈ, ਕੁਝ ਕਾਲਜਿਸ ਹੈ ਜਿਹੜੇ 48 hours ਜਾਂ 2-3 ਡੇਜ਼ ਆਫਰ ਲੈਟਰ ਦੇ ਰਿਹਾ, ਉਹਦੇ ਕਰਕੇ ਜਨਵਰੀ ਵਾਸਤੇ ਹਜੇ ਟਾਈਮ, ਅਦਰਵਾਈਜ਼ ਜਨਵਰੀ ਵਾਸਤੇ ਕੋਈ ਟਾਈਮ ਜੀ। ਸੋ ਆਲਮੋਸਟ ਜਿਹੜੀਆਂ ਸੀਟਾਂ ਬੁੱਕਡ ਹੈਗੀਆਂ ਨੇ, ਕੁਝ ਗਿਣਵੇਂ ਚੁਣਵੇਂ ਕਾਲਜਿਸ ਹੈਗੇ ਨੇ ਜਾਂ ਹਲੇ ਕਾਫੀ ਯੂਨੀਵਰਸਿਟੀਜ਼ ਕਾਲਜਿਸ ਇਦਾਂ ਦੇ ਹੈਗੇ ਨੇ ਜਿਹੜੇ ਦੇ ਰਹੇ ਨੇ ਆਫਰ ਲੈਟਰ? ਹੋ ਗਈ ਹੈ ਹਾਂ, ਜਿੱਦਾਂ ਕੁਝ ਯੂਨੀਵਰਸਿਟੀਜ਼ ਹੈ ਜਿਨ੍ਹਾਂ ਦਾ ਮਾਰਚ ਵਿੱਚ ਸਟਾਰਟ ਹੋ ਰਿਹਾ, ਉਹ ਬੱਚੇ ਹਜੇ ਅਪਲਾਈ ਕਰ ਸਕਦੇ ਆ ਜਨਵਰੀ ਵਾਸਤੇ। ਜਿੱਦਾਂ ਮੈਂ ਕਿਹਾ ਕਿ ਕੁਝ ਕਾਲਜਿਸ ਹੈ ਜਿਹੜੇ ਵਿਦਇਨ 2-3 ਡੇਜ਼ ਆਫਰ ਲੈਟਰ ਦੇ ਰਹੇ ਹੈ, ਤੇ ਇਸ ਟਾਈਮ ਜਿਸ ਤਰ੍ਹਾਂ ਬੱਚੇ ਪ੍ਰੋਗਰਾਮ ਦੇਖ ਰਹੇ ਆ, ਇਨਕੁਆਇਰੀ ਕਰ ਰਹੇ, ਮੰਡੇ ਆ ਕੇ ਅਪਲਾਈ ਕਰ ਲੈਣ ਜੀ, ਤੇ ਉਹਨਾਂ ਦੇ ਵਾਸਤੇ ਕੋਈ ਪ੍ਰੋਬਲਮ ਨਹੀਂ ਹੈ। ਅਸੀਂ ਇਮੀਡੀਏਟ ਉਹਨਾਂ ਦਾ ਅਪਲਾਈ ਕਰਕੇ ਆਫਰ ਲੈਟਰ ਮੰਗਵਾ ਕੇ ਜਨਵਰੀ ਵਾਸਤੇ ਫਾਈਲ ਲਗਾ ਜੀ। ਤੇ ਜੇ ਜਿਹੜੇ ਸਟੂਡੈਂਟਸ ਜੈਨ ਇਨਟੇਕ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਬਟ ਰਿਜੈਕਸ਼ਨ ਉਹਨਾਂ ਦੀ ਆਈਆਂ ਹੋਈਆਂ ਨੇ, ਰਿਜੈਕਟਡ ਨੇ ਕਿਸੇ ਕੰਟਰੀ ਤੋਂ, ਤਾਂ ਉਹ ਬੱਚਿਆਂ ਨੂੰ ਵੀ ਜਿਹੜਾ ਜੈਨ ਇਨਟੇਕ ਮਿਲੇਗਾ ਜਾਂ ਨੈਕਸਟ ਇਨਟੇਕ ਦੇ ਲਈ ਉਹ ਅਪਲਾਈ ਕਰਨ? ਇੱਦਾਂ ਨਹੀਂ ਹੈ ਕਿ ਜੈਨ ਇਨਟੇਕ ਜੇ ਮੇਰਾ ਕਾਲਜ ਉਹਨਾਂ ਨੂੰ ਐਕਸੈਪਟ ਕਰ ਰਿਹਾ, ਰੈਲੀਵੈਂਟ ਕੋਰਸ ਉਹਨਾਂ ਨੂੰ ਦੇ ਰਿਹਾ, ਫਿਰ ਤੇ ਜੈਨ ਇਨਟੇਕ ਚ ਉਸ ਕਾਲਜ ਵੀ ਅਪਲਾਈ ਕਰ ਸਕਦੇ ਆ ਜੀ। ਔਰ ਕੋਈ ਵੀ ਬੱਚਾ ਕਿਹੜੀ ਵੀ ਕੰਟਰੀ ਤੋਂ ਕਿਸੇ ਵੀ ਕੰਟਰੀ ਤੋਂ ਰਿਜੈਕਟ ਹੋਏ, ਕੋਈ ਪ੍ਰੋਬਲਮ ਨਹੀਂ ਹੈ, ਨੈਵੀਗੇਟਰ ਜਾਣ ਮੇਰੇ ਕੋਲ ਆ ਕੇ ਮਿਲ ਸਕਦੇ ਆ। ਮੇਰਾ ਬਹੁਤ ਬੜਾ ਐਕਸਪੀਰੀਅੰਸ ਹੈ, 22 ਈਅਰਸ ਦਾ ਐਕਸਪੀਰੀਅੰਸ ਹੈ ਸਟੂਡੈਂਟਸ ਦੇ ਨਾਲ ਕੰਮ ਕਰਨ ਦਾ। ਔਰ ਜਿੱਦਾਂ ਕਿ ਅਸੀਂ ਲਾਈਵ ਡਿਸਕਸ਼ਨ ਕਰ ਰਹੇ ਹੈਗੇ ਆ, ਕਾਲਸ ਮੈਮ ਆਣੀਆਂ ਜਿਹੜੀਆਂ ਕਿ ਸ਼ੁਰੂ ਹੋ ਗਈਆਂ ਨੇ। ਸੋ ਅੰਮ੍ਰਿਤਸਰ ਤੋਂ ਜਿਹੜੇ ਸਾਡੇ ਨਾਲ ਫਸਟ ਕਾਲਰ ਜੁੜੇ ਹੈਗੇ ਨੇ, ਸਵਾਗਤ ਕਰਨਾ ਚਾਹਾਂਗੀ ਪਹਿਲਾਂ ਤਾਂ ਮੈਂ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਮ ਹਾਂਜੀ, ਥੋੜੀ ਆਵਾਜ਼ ਨਹੀਂ ਆ ਰਹੀ ਹੈਗੀ ਥੋੜਾ। ਹੈਲੋ, ਆਪਣੇ ਬੈਕਗ੍ਰਾਉਂਡ ਤੇ ਜਿਹੜਾ ਤੁਹਾਡਾ ਮਿਊਜ਼ਿਕ ਚੱਲ ਰਿਹਾ ਹੈਗਾ ਉਹਨੂੰ ਥੋੜਾ ਵੋਲਿਊਮ ਨੂੰ ਥੋੜਾ ਘੱਟ ਕਰ ਦਿਓ ਪਲੀਜ਼। ਹੈਲੋ, ਹਾਂਜੀ, ਤੁਸੀਂ ਕਿਸ ਕੰਟਰੀ ਦੇ ਬਾਰੇ ਪੁੱਛਣਾ ਚਾਹੁੰਦੇ ਹੋ ਜੀ? ਸੋ ਅਸੀਂ ਜਿੱਦਾਂ ਕਿ ਗੱਲ ਕਰ ਰਹੇ ਹੈਗੇ ਆ ਕੈਨੇਡਾ ਨੂੰ ਲੈ ਕੇ, ਖਾਸ ਤੌਰ ਤੇ ਜੈਨ ਇਨਟੇਕ ਨੂੰ ਲੈ ਕੇ ਗੱਲ ਕਰ ਰਹੇ ਹੈਗੇ ਆ। ਸੋ ਇਸ ਦੇ ਬਾਰੇ ਜਿੱਦਾਂ ਰਿਜੈਕਟਡ ਕੇਸਿਸ ਦੇ ਬਾਰੇ ਅਸੀਂ ਗੱਲ ਕੀਤੀ ਹੈ, ਫਰੈਸ਼ ਕੇਸਿਸ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਉਹ ਵੀ ਕਰ ਸਕਦੇ ਨੇ। ਸਭ ਤੋਂ ਵੱਡਾ ਸਵਾਲ ਇਹ ਹੈਗਾ ਕਿ ਕਾਲਜਿਸ ਦੇ ਵਿੱਚ ਬੱਚਿਆਂ ਦੇ ਲਈ ਆਪਸ਼ਨ ਹੈਗੀਆਂ ਨੇ ਜਾਂ ਲਿਮਿਟਿਡ ਕਾਲਜਿਸ ਹੈਗੇ ਨੇ? ਇਸ ਟਾਈਮ ਬਿਲਕੁਲ ਲਿਮਿਟਿਡ ਕਾਲਜਿਸ ਮਿਲਣਗੇ। ਜਦ ਸਟੂਡੈਂਟ ਕਹੇ ਕਿ ਮੈਂ ਇੱਕ ਪਰਟੀਕੁਲਰ ਕੋਰਸ ਲੈਣਾ, ਜਿਹੜੇ ਕਾਲਜ ਦੀ ਮੈਂ ਗੱਲ ਕਰ ਰਹੀ ਹਾਂ ਜੀ, ਉਹ ਕਾਲਜ 50% ਚ ਲੈ ਰਿਹਾ। ਆਇਲਸ ਚ ਜੋ 6 ਬੈਂਡ ਓਵਰਆਲ, ਨਾਟ ਲੈਸ ਦੈਨ 5.5, ਉਹ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਲੀਨੀਅੰਸੀ ਹੈ ਜੀ। ਤੇ ਪ੍ਰੋਗਰਾਮਸ ਲਿਮਿਟਿਡ ਮਿਲਣਗੇ,
ਮਤਲਬ ਇਹ ਨਹੀਂ ਕਿ ਮੇਰੇ ਕੋਲ 50 ਪ੍ਰੋਗਰਾਮ ਹੋ ਸਕਦਾ ਉਹਦੇ ਵਿੱਚ 3 ਜਾਂ 4 ਪ੍ਰੋਗਰਾਮ ਹੋ ਸਕਦੇ, ਉਹ ਸਟੂਡੈਂਟ ਦੀ ਪ੍ਰੋਫਾਈਲ ਦੇਖ ਕੇ ਮੈਨੂੰ ਪਤਾ ਚੱਲੇਗਾ ਕਿ ਸਟੂਡੈਂਟ ਇਸ ਪ੍ਰੋਗਰਾਮ ਚ ਜਾ ਸਕਦਾ ਹੈ ਕਿ ਨਹੀਂ ਜਾ ਸਕਦਾ। ਇਸ ਨਾਲ ਜਿਹੜੇ ਸੈਕਿੰਡ ਕਾਲਰ ਸਾਡੇ ਨਾਲ ਜੁੜੇ ਨੇ ਜੀ, ਰਣਜੀਤ ਸਿੰਘ ਜੀ ਲੁਧਿਆਣਾ ਤੋਂ, ਸਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿਹੜੀ ਕੰਟਰੀ ਦੇ ਬਾਰੇ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ? ਕੈਨੇਡਾ ਵਾਸਤੇ। ਕੈਨੇਡਾ ਵਾਸਤੇ, ਓਕੇ। ਕਿਸ ਤਰੀਕੇ ਦੀ ਤੁਹਾਡੀ ਪ੍ਰੋਫਾਈਲ ਹੈ, ਆਪਣੀ ਐਲੀਜੀਬਿਲਿਟੀ ਕ੍ਰਾਈਟੇਰੀਆ? ਮੈਂ ਪਲੱਸ 2 ਕੀਤੀ 2019 ਜੀ। ਓਕੇ ਜੀ। ਤੇ 6 ਓਵਰਆਲ ਬੈਂਡ ਹੈ, 2 ਚ 5.5 ਹੈ। ਓਕੇ। ਸੋ ਪਰਸੈਂਟੇਜ ਕਿੰਨੀ ਹੈ? ਪਰਸੈਂਟੇਜ ਕਿੰਨੀ ਹੈ ਜੀ ਤੁਹਾਡੀ? 66 ਹੈ। 66 ਪਰਸੈਂਟੇਜ ਹੈਗੀ ਹੈ, 6 ਬੈਂਡ ਆਏ ਹੈਗੇ ਇਹਨਾਂ ਦੇ ਜੀ। ਪਲੱਸ 2 ਜਿਹੜੀ ਇਹਨਾਂ ਨੇ ਕੰਪਲੀਟ ਕੀਤੀ ਹੈ 2019 ਦੇ ਵਿੱਚ। ਕਿਸ ਸਟ੍ਰੀਮ ਦੇ ਵਿੱਚ ਤੁਸੀਂ ਆਪਣੀ ਪਲੱਸ 2 ਕੰਪਲੀਟ ਕੀਤੀ ਹੈ ਰਣਜੀਤ ਜੀ? ਹਾਂਜੀ, ਨਾਨ ਮੈਡੀਕਲ ਦੇ ਵਿੱਚ। ਇਹਨਾਂ ਦੇ ਵਾਸਤੇ ਜਿਹੜਾ ਮੈਂ ਹੁਣੇ ਕਾਲਜ ਦੱਸਿਆ, ਜਿਹੜਾ 48 ਆਰ ਚ ਆਫਰ ਲੈਟਰ ਦੇ ਰਿਹਾ ਜੀ, ਉਹਦੇ ਵਿੱਚ ਨੈਟਵਰਕਿੰਗ ਦੇ ਰਿਲੇਟਡ ਜਾਂ ਕੰਪਿਊਟਰ ਦੇ ਰਿਲੇਟਡ ਕੋਰਸ ਇਹਨਾਂ ਦਾ ਮੈਚ ਕਰ ਜਾਏਗਾ ਜੀ, ਤੇ ਉਹਦੇ ਵਿੱਚ ਅਪਲਾਈ ਕਰ ਸਕਦੇ ਆ। ਤੁਸੀਂ ਜਨਵਰੀ ਵਾਸਤੇ ਅਪਲਾਈ ਕਰ ਸਕਦੇ ਹੋ ਕਿਉਂਕਿ ਤੁਸੀਂ ਲੇਟ ਹੋ ਗਏ, ਮੈਨੂੰ ਨਹੀਂ ਪਤਾ ਕਿਸ ਵਜ੍ਹਾ ਨਾਲ ਲੇਟ ਹੋ ਗਏ ਹੋ ਜੀ, ਪਰ ਉਹ ਕਾਲਜ ਜਿਹਦੀ ਮੈਂ ਗੱਲ ਕਰ ਰਹੀ ਹਾਂ ਉਹ 6 ਬੈਂਡ ਓਵਰਆਲ ਚ ਲੈ ਰਿਹਾ, ਨਾਟ ਲੈਸ ਦੈਨ 5.5, ਤਾਂ ਤੁਹਾਡੀ ਹਰ ਚੀਜ਼ ਉਸ ਕਾਲਜ ਨਾਲ ਮੈਚ ਕਰ ਰਹੀ ਹੈ ਜੀ। ਤੁਸੀਂ ਆਪਣੇ ਡਾਕੂਮੈਂਟਸ ਮੇਲ ਕਰ ਸਕਦੇ ਹੋ ਔਰ ਜੋ ਵੀ ਹੈ ਤੁਸੀਂ ਟੈਲੀਫੋਨ ਕਰਕੇ ਸਾਨੂੰ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਜੀ। ਰਣਜੀਤ ਸਿੰਘ ਜੀ, ਆਈ ਥਿੰਕ ਤੁਸੀਂ ਆਪਣੀ ਜਿਹੜੀ ਕੀ ਹੈ ਸਵਾਲ ਦੇ ਜਵਾਬ ਤੋਂ ਸੈਟਿਸਫਾਈਡ ਹੋਵੋਗੇ। ਜੇ ਤੁਸੀਂ ਹੋਰ ਕਿਸੇ ਤਰੀਕੇ ਨਾਲ ਜਾਣਕਾਰੀ ਲੈਣਾ ਚਾਹੁੰਦੇ ਹੈਗੇ ਹੋ ਤਾਂ ਇਹਨਾਂ ਦੇ ਜਿਹੜੇ ਆਫਿਸ ਦੇ ਐਡਰੈਸ ਵੀ ਲਗਾਤਾਰ ਸਾਡੀ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ, ਇੱਕ ਵਾਰੀ ਉਹਨਾਂ ਦੇ ਆਫਿਸ ਵਿਜ਼ਿਟ ਕਰਕੇ ਤੁਸੀਂ ਆਪਣੀ ਪ੍ਰੋਫਾਈਲ ਦੀ ਜਿਹੜੀ ਕੀ ਹੈ ਪ੍ਰੋਪਰ ਤਰੀਕੇ ਨਾਲ ਇਨਫੋਰਮੇਸ਼ਨ ਲੈ ਸਕਦੇ ਹੈਗੇ ਹੋ। ਆਸਟ੍ਰੇਲੀਆ ਤੋਂ ਹਟ ਕੇ ਅਗਰ ਮੈਂ ਗੱਲ ਕਰਦੀ ਹਾਂ ਜੀ, ਸੋਰੀ, ਕੈਨੇਡਾ ਤੋਂ ਹਟ ਕੇ ਅਗਰ ਮੈਂ ਗੱਲ ਕਰਦੀ ਹਾਂ ਆਸਟ੍ਰੇਲੀਆ ਦੀ, ਆਸਟ੍ਰੇਲੀਆ ਅੱਜ ਦੇ ਟਾਈਮ ਦੇ ਵਿੱਚ ਕਾਫੀ ਸਖਤ ਹੋਇਆ ਹੋਇਆ, ਬੱਚਿਆਂ ਨੂੰ ਲੱਗਦਾ ਕਿ ਇੱਥੇ ਸ਼ਾਇਦ ਵੀਜ਼ਾ ਨਹੀਂ ਆ ਰਹੇ ਹੈਗੇ, ਅੰਬੈਸੀ ਸਾਨੂੰ ਵੀਜ਼ਾ ਨਹੀਂ ਦੇ ਰਹੀ ਹੈਗੀ, ਸੋ ਕੀ ਐਕਚੁਅਲ ਜਿਹੜਾ ਕਿ ਸਿਨੈਰੀਓ ਕੀ ਹੈਗਾ, ਵੀਜ਼ਾਸ ਨਹੀਂ ਆ ਰਹੇ, ਅੰਬੈਸੀ ਵੀਜ਼ਾਸ ਨਹੀਂ ਦੇ ਰਹੀ, ਜਾਂ ਬੱਚਿਆਂ ਦੀ ਪ੍ਰੋਫਾਈਲ ਦੇ ਵਿੱਚ ਕੁਝ ਪ੍ਰੋਬਲਮਸ ਆ ਰਹੀ ਹੈ? ਥੋੜਾ ਜਿਹਾ ਚੇਂਜ ਓਵਰ ਇਹਨਾਂ ਨੇ ਕੀਤਾ, ਇੰਡੀਆ ਨੂੰ ਲੈਵਲ 3 ਵਿੱਚ ਪਾਇਆ ਜੀ। ਜਿਹੜਾ ਇੰਡੀਆ ਲੈਵਲ 2 ਵਿੱਚ ਸੀਗਾ, ਹੁਣ ਲੈਵਲ 3 ਵਿੱਚ ਆ ਗਿਆ। ਲੈਵਲ 3 ਦਾ ਮਤਲਬ ਹੈ ਕਿ ਤੁਸੀਂ ਫਾਈਨੈਂਸ਼ੀਅਲ ਡਾਕੂਮੈਂਟ ਮੈਕਸੀਮਮ ਯੂਨੀਵਰਸਿਟੀਜ਼ ਦੇ ਵਾਸਤੇ ਭੇਜਨੇ ਆ ਜੀ। ਪਹਿਲੇ ਸੀਗਾ ਕਿ ਅੰਬੈਸੀ ਵਿੱਚ ਨਹੀਂ ਜਾਂਦੇ ਸੀਗੇ ਫਾਈਨੈਂਸ਼ੀਅਲ ਡਾਕੂਮੈਂਟਸ, ਹੁਣ ਅੰਬੈਸੀ ਵਿੱਚ ਵੀ ਜਾਣੇ ਹੈ, ਖਾਲੀ ਇਹੀ ਚੇਂਜ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜਾ ਸਟੂਡੈਂਟ ਜੈਨੂਇਨ ਹੈ, ਜਿਹਦੇ ਕੋਲ ਫਾਈਨੈਂਸ਼ੀਅਲ ਡਾਕੂਮੈਂਟਸ ਹੈ, ਗੈਪ 1 ਸਾਲ ਤੋਂ ਜ਼ਿਆਦਾ ਨਹੀਂ ਹੈ, ਪਰਸੈਂਟੇਜ ਆਲਮੋਸਟ 55-60% ਹੈ, ਉਹ ਵੀ ਕਾਲਜ ਦੇ ਉੱਪਰ ਡਿਪੈਂਡ ਕਰਦੀ ਹੈ ਕਿਹੜਾ ਕਾਲਜ ਕਿੰਨੀ ਪਰਸੈਂਟੇਜ ਲੈ ਰਿਹਾ, ਔਰ 6 ਬੈਂਡ ਆਇਲਟਸ ਹੈ, ਉਹਨਾਂ ਦੇ ਵੀਜ਼ੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਔਰ ਕੁਝ ਯੂਨੀਵਰਸਿਟੀਜ਼ ਹੈ ਸਾਡੇ ਕੋਲ ਜਿਹੜੀ 78% ਸਟੂਡੈਂਟ ਦੇ ਹੈ, ਤੇ ਉਹਨਾਂ ਨੂੰ ਆਲ ਓਵਰ ਅਕੈਡਮਿਕ, ਮੰਨ ਲਓ 2 ਸਾਲ ਦੀ ਪੜ੍ਹਾਈ ਹੈ ਤੇ 2 ਸਾਲ ਦੀ ਪੜ੍ਹਾਈ ਤੇ 20% ਸਕਾਲਰਸ਼ਿਪ, ਔਰ ਜੇ 3 ਸਾਲ ਦੀ ਪੜ੍ਹਾਈ ਹੈ ਤੇ 3 ਸਾਲ ਦੀ ਪੜ੍ਹਾਈ ਤੇ 20% ਪੂਰੀ ਸਕਾਲਰਸ਼ਿਪ। ਇੱਥੇ ਥੋੜਾ ਜਿਹਾ ਮੈਂ ਤੁਹਾਨੂੰ ਮੈਮ ਇੰਟਰਪਟ ਕਰਨਾ ਚਾਹਾਂਗੀ, ਜਿੱਦਾਂ ਕਿ ਲਾਈਵ ਸਾਨੂੰ ਕਾਲਸ ਆ ਰਹੀਆਂ ਹੈਗੀਆਂ ਨੇ, ਕਾਫੀ ਜਿਹੜੇ ਕੀ ਹੈ ਸਟੂਡੈਂਟਸ ਇਨਕੁਆਇਰੀ ਕਰ ਰਹੇ ਹੈਗੇ ਨੇ। ਅਗਲੇ ਕਾਲਰ ਜਿਹੜੇ ਸਾਡੇ ਨਾਲ ਜੁੜੇ ਨੇ ਜੀ, ਪਟਿਆਲਾ ਤੋਂ ਮਿਸਟਰ ਦਵਿੰਦਰ ਸਿੰਘ ਜੀ, ਸੋ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਰ ਸਾਡੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿਸ ਮੇਰੇ ਬੇਟੇ ਨੇ ਪਲੱਸ 2 18 ਮੇ, ਓਕੇ, 2018 ਦੇ ਵਿੱਚ ਪਲੱਸ 2 ਕੀਤੀ ਹੈ ਜੀ? ਹਾਂਜੀ, 67% ਨੰਬਰ ਨੇ ਉਹਨਾਂ ਦੇ ਜੀ। ਕਿਸ ਸਟ੍ਰੀਮ ਦੇ ਵਿੱਚ ਪਲੱਸ 2 ਕੀਤੀ ਹੈ ਜੀ? ਹਾਂਜੀ, ਆਰਟਸ ਹੈ ਜੀ। ਆਰਟਸ, ਓਕੇ। ਕਿੰਨੇ ਬੈਂਡ ਆਏ ਸਰ? ਬੈਂਡ ਤਾਂ ਆਈਲੈਂਡ ਕਰ ਰਹੇ ਸੀ, ਪਰ ਦਿੱਤੇ ਨਹੀਂ, ਹੁਣ ਦੇ ਰਹੇ ਨੇ। ਹਾਂਜੀ, ਪੇਪਰ ਦਿੱਤੇ ਨਹੀਂ ਹੈ, ਪੇਪਰ ਦੇਣਾ ਹੁਣ ਦੇ ਰਹੇ ਨੇ, ਇੱਕ ਤਰੀਕ ਨੂੰ ਲੈ ਦੇਣਾ ਜੀ। ਓਕੇ ਜੀ, ਓਕੇ। ਤੁਹਾਨੂੰ ਕੀ ਲੱਗਦਾ ਕਿੰਨੇ ਬੈਂਡ ਲੈ ਲੇਗਾ? 6 ਤਾਂ ਲੈ ਜਾਣਗੇ। ਕਿਹੜੀ ਕੰਟਰੀ ਭੇਜਣਾ ਚਾਹੁੰਦੇ ਹੋ ਤੁਸੀਂ? ਯੂਕੇ। ਯੂਕੇ, ਔਰ 6 ਬੈਂਡ ਜੇ ਆ ਜਾਣਗੇ ਫਿਰ ਤਾਂ ਕੋਈ ਪ੍ਰੋਬਲਮ ਨਹੀਂ, ਤੇ ਪਲੱਸ 2 ਦੀ ਮੈਂ ਯੂਕੇ ਦਾ ਇਸ ਪ੍ਰੋਗਰਾਮ ਚ ਹੁਣ ਦੱਸ ਰਹੀ ਹਾਂ ਕਿ ਇੰਗਲਿਸ਼ ਦੇ ਵਿੱਚ ਪਲੱਸ 2 ਦੇ ਵਿੱਚ ਜੇ 60% ਹੈ ਜਾਂ 65-70% ਹੈ, ਅਲੱਗ ਅਲੱਗ ਯੂਨੀਵਰਸਿਟੀ ਦੀ ਅਲੱਗ ਅਲੱਗ ਰਿਕੁਆਇਰਮੈਂਟ ਹੈ ਜੀ, ਤੇ ਆਇਲਟਸ ਦੇ ਬੈਂਡ ਜੇ ਘੱਟ ਵੀ ਹਨ ਫਿਰ ਵੀ ਇੰਗਲਿਸ਼ ਦੇ ਉੱਪਰ ਉਹਨਾਂ ਦਾ ਐਡਮਿਸ਼ਨ ਹੋ ਜਾਂਦਾ ਔਰ ਵੀਜ਼ਾ ਦੀ ਵੀ ਕੋਈ ਪ੍ਰੋਬਲਮ ਨਹੀਂ ਹੈ ਜੀ। ਸੋ ਜਿੱਦਾਂ ਕਿ ਸਾਡੇ ਨਾਲ ਕਾਫੀ ਜਿਹੜੀਆਂ ਜਗਾਵਾਂ ਤੋਂ ਦਰਸ਼ਕ ਜੁੜ ਰਹੇ ਹੈਗੇ ਨੇ, ਲਗਾਤਾਰ ਕਾਲਸ ਆ ਰਹੀਆਂ ਨੇ, ਬੱਚਿਆਂ ਦੀ ਪ੍ਰੋਫਾਈਲ ਦੇ ਬਾਰੇ ਅਸੀਂ ਡਿਸਕਸ ਕਰ ਰਹੇ ਹੈਗੇ ਆ। ਨੈਕਸਟ ਕਾਲਰ ਜਿਹੜੇ ਨੈਕਸਟ ਦਰਸ਼ਕ ਸਾਡੇ ਨਾਲ ਜੁੜੇ ਨੇ ਜੀ ਆਗਰਾ ਤੋਂ, ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਹਾਂਜੀ ਸਰ, ਕਿਸ ਕੰਟਰੀ ਦੇ ਬਾਰੇ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ? ਹੈਲੋ ਹੈਲੋ
ਹਾਂ ਮੈਡਮ ਮੈਂ ਕੈਨੇਡਾ ਬਾਰੇ ਲੈਣਾ ਚਾਹੁੰਦਾ ਜੀ। ਕੈਨੇਡਾ ਦੇ ਬਾਰੇ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਪਲੱਸ ਟੂ ਕਦੋਂ ਕੀਤੀ ਹੋਈ ਹੈ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਸਰ? ਮੇਰੀ ਬੇਟੀ ਹੈ ਜੀ, ਉਹਨੇ ਕੀਤੀ ਸੀਗੀ 16 ਵਿੱਚ। 2016 ਦੇ ਵਿੱਚ ਪਲੱਸ ਟੂ ਕੀਤੀ ਹੈ? ਹਾਂਜੀ ਜੀ। ਆਈਲੈਟਸ ਦੇ ਵਿੱਚੋਂ ਕਿੰਨੇ ਬੈਂਡ ਆਏ ਨੇ? 7.5 ਓਵਰਆਲ ਹੈ ਮੈਡਮ। ਓਕੇ ਜੀ, ਬੈਂਡ ਤੇ ਬਹੁਤ ਅੱਛੇ। 16 ਦੇ ਬਾਅਦ ਕੀ ਕਰ ਰਹੇ ਹੋ? 16 ਤੋਂ ਬਾਅਦ ਨੀਟ ਦੇ ਪੇਪਰ ਹੁੰਦੇ ਨੇ ਮੈਡਮ, ਮੈਡੀਕਲ ਐਂਟਰੈਂਸ। ਹਾਂਜੀ ਹਾਂਜੀ ਹਾਂਜੀ, ਜਿਹੜਾ ਉਹ 16 ਵੀ ਦਿੱਤੇ, 17 ਵੀ ਦਿੱਤੇ, 18 ਵੀ ਦਿੱਤੇ। ਅੱਛਾ, ਨੀਟ ਦੇ ਐਗਜ਼ਾਮ ਦੇ ਰਹੇ ਹੋ। ਕਿਹੜੀ ਕੰਟਰੀ ਭੇਜਣਾ ਚਾਹ ਰਹੇ ਹੋ ਤੁਸੀਂ? ਕੈਨੇਡਾ। ਕੈਨੇਡਾ, ਕੋਈ ਗੱਲ ਨੀ। ਜਿਹੜੇ ਨੀਟ ਦੇ ਐਗਜ਼ਾਮ ਦਿੱਤੇ ਉਹਨਾਂ ਦੇ ਸਾਨੂੰ ਪ੍ਰੂਫ ਚਾਹੀਦੇ ਹੋਣਗੇ। ਆਈਲਟਸ ਦਾ ਐਗਜ਼ਾਮ ਜ਼ਰੂਰੀ ਹੈ ਕੈਨੇਡਾ ਵਾਸਤੇ, ਔਰ ਉਹ ਤੁਸੀਂ 7.5 ਬੈਂਡ ਮੇਰੇ ਖਿਆਲ ਦੱਸੇ ਆ ਤੁਸੀਂ ਜੀ, ਤੇ ਇਹਨਾਂ ਦਾ ਹੋ ਜਾਏਗਾ। ਮਤਲਬ ਕਿੰਨੀ ਕੁ ਪੋਸੀਬਿਲਿਟੀ ਹੈਗੀ ਹੈ ਇਹਨਾਂ ਬੱਚਿਆਂ ਦੀ? ਜੇ ਨੀਟ ਦੇ ਐਗਜ਼ਾਮ ਦਿੱਤੇ ਹੋਏ ਆ ਅਸੀਂ ਡਾਕੂਮੈਂਟ ਲਗਾਵਾਂਗੇ, ਫਿਰ ਕੋਈ ਪ੍ਰੋਬਲਮ ਨਹੀਂ ਹੈ ਗੈਪ ਦੇ, ਕਿਉਂਕਿ ਬੱਚਾ ਜੈਨੂਇਨ ਸਟੂਡੈਂਟ ਹੈ ਜਿਹੜਾ ਕਿ ਕੋਸ਼ਿਸ਼ ਕਰ ਰਿਹਾ ਸੀਗਾ ਅੱਗੇ, ਜਿਹੜੀ ਆਪਣੇ ਇੱਥੇ ਕੰਪੀਟੀਸ਼ਨ ਦੇ ਥਰੂ ਨਹੀਂ ਹੋ ਸਕਿਆ, ਤੇ ਦੈਨ ਹੀ ਕੈਨ ਸੇ ਆਰ ਸ਼ੀ ਕੈਨ ਸੇ ਕਿ ਮੈਂ ਅਪਲਾਈ ਕਿਉਂਕਿ ਮੈਨੂੰ ਇੱਥੇ ਚਾਂਸ ਨਹੀਂ ਮਿਲਿਆ, ਨੈਚੁਰਲ ਉੱਥੇ ਸੀਟ ਮਿਲ ਗਈ ਹੈ ਤੇ ਮੈਂ ਕਰ ਸਕਦੀ ਹਾਂ। ਮਤਲਬ ਇਹਦੇ ਵੀਜ਼ੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਜੀ ਜੀ। ਜਿੱਦਾਂ ਕਿ ਅਸੀਂ ਸਾਰੀਆਂ ਪ੍ਰੋਫਾਈਲ ਦੇ ਬਾਰੇ ਡਿਸਕਸ ਕਰ ਰਹੇ ਹਾਂ, ਅਲੱਗ ਅਲੱਗ ਸ਼ਹਿਰਾਂ ਤੋਂ ਸਾਨੂੰ ਕਾਲਸ ਆ ਰਹੀਆਂ ਨੇ, ਦਰਸ਼ਕ ਸਾਡੇ ਨਾਲ ਜੁੜ ਰਹੇ ਹੈਗੇ ਨੇ, ਹਰ ਬੱਚੇ ਦੀ ਪ੍ਰੋਫਾਈਲ ਹਰ ਕਿਸੇ ਨਾਲੋਂ ਡਿਫਰੈਂਟ ਹੁੰਦੀ ਹੈਗੀ ਹੈ। ਸੋ ਨੈਕਸਟ ਕਾਲਜ ਜਿਨ੍ਹਾਂ ਦਾ ਮੈਂ ਸਵਾਗਤ ਕਰਨ ਜਾ ਰਹੀ ਹਾਂ ਜੀ, ਉਹਨਾਂ ਦਾ ਨਾਮ ਹੈਗਾ ਸਿਮਰਨ ਜੀ। ਸਿਮਰਨ, ਤੁਸੀਂ ਕਿਸ ਕੰਟਰੀ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ? ਹਾਂਜੀ ਮੈਮ, ਕੈਨੇਡਾ ਬਾਰੇ ਜੀ। ਕੈਨੇਡਾ ਬਾਰੇ ਆਪਣੀ ਪ੍ਰੋਫਾਈਲ ਬਾਰੇ ਥੋੜਾ ਜਿਹਾ ਡਿਸਕਸ ਕਰੋਗੇ ਸਿਮਰਨ? ਹਾਂਜੀ ਮੈਮ, ਐਕਚੁਲੀ 2018 ਵਿੱਚ ਪਲੱਸ ਟੂ ਕੀਤੀ ਹੈ ਮੈਮ ਜੀ। ਹਾਂਜੀ, ਔਰ 5.5 ਬੈਂਡ ਆ ਮੈਮ ਓਵਰਆਲ। ਗ੍ਰੈਜੂਏਸ਼ਨ ਕੀਤੀ ਹੈ 5.5 ਹੈ ਤੇ ਕੈਨੇਡਾ। 2018 ਵਿੱਚ ਪਲੱਸ ਟੂ ਕੀਤੀ ਹੈ ਮੈਮ। 2018 ਦੇ ਵਿੱਚ ਪਲੱਸ ਟੂ ਕੀਤੀ ਹੋਈ ਹੈ, ਓਕੇ। ਉਸ ਤੋਂ ਬਾਅਦ ਕੁਝ ਕਰ ਰਹੇ ਹੋ ਹੁਣ ਤੁਸੀਂ 2018 ਤੋਂ ਬਾਅਦ? ਮੈਮ ਆਈਐਲਟੀਸ ਹੀ ਕੀਤੀ ਆ। ਆਈਐਲਟੀਸ ਹੀ ਕੀਤੀ ਹੈਗੀ ਆ, ਓਕੇ। ਹਾਂਜੀ 5.5 ਬੈਂਡ ਆ। ਓਕੇ, ਚਾਰਾਂ ਵਿੱਚ 5.5 ਹੈ ਕਿ ਓਵਰਆਲ 5? ਨਹੀਂ ਮੈਮ, ਇੱਕ ਚ 6, ਬਾਕੀ 3 ਚ 5.5 ਹੈ। ਹਾਂਜੀ ਜੀ, ਜਿਹੜੇ ਹੁਣ ਕਾਲਜਿਸ ਹੈ ਮੈਕਸਿਮਮ ਕੋਸ਼ਿਸ਼ ਕਰਦੇ ਆ 6 ਬੈਂਡ ਦੀ, ਤੇ ਜਦ 6 ਬੈਂਡ ਓਵਰਆਲ ਹੋਣ ਤੇ ਕੈਨੇਡਾ ਵਾਸਤੇ ਪੋਜ਼ਿਟਿਵ ਹੁੰਦਾ ਹੈ। 5.5 ਬੈਂਡ ਤੇ ਥੋੜਾ ਜਿਹਾ ਕਾਇੰਡ ਆਫ ਰਿਸਕੀ, ਤੇ ਯੂਕੇ ਖੁੱਲਿਆ, ਤੁਸੀਂ ਯੂਕੇ ਵਿੱਚ ਅਪਲਾਈ ਕਰ ਸਕਦੇ ਹੋ, ਉਹ ਅੱਛੀ ਓਪਰਚੁਨਿਟੀ ਹੈ। ਵੀਜ਼ਾ ਵੀ ਆਲਮੋਸਟ 100% ਇਸ ਟਾਈਮ ਦੇ ਰਹੀ ਹੈ ਅੰਬੈਸੀ, ਕਿਉਂਕਿ ਪ੍ਰੋਫਾਈਲ ਜੈਨੂਇਨ ਹੈ ਤੁਹਾਡਾ, ਔਰ ਫੰਡਸ ਵੀ ਉਹਦੇ ਵਿੱਚ ਖਾਲੀ 28 ਡੇਜ਼ ਓਲਡ ਦਿਖਾਉਣੇ ਆ, ਮੇਰੇ ਖਿਆਲ ਉਹ ਤੁਹਾਡੇ ਵਾਸਤੇ ਜ਼ਿਆਦਾ ਸੌਖਾ ਰਹੇਗਾ ਜੀ। ਹਾਂਜੀ, ਸੋ ਜਿੱਦਾਂ ਕਿ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ, ਆਸਟ੍ਰੇਲੀਆ, ਯੂਕੇ, ਨਿਊਜ਼ੀਲੈਂਡ, ਇਹਨਾਂ ਕੰਟਰੀਜ਼ ਦੇ ਵਿੱਚ ਅਗਰ ਹੁਣ ਬੱਚੇ ਅਪਲਾਈ ਕਰਦੇ ਹੈਗੇ ਨੇ ਤਾਂ ਕੀ ਸਿਨੈਰੀਓ ਰਹੇਗਾ? ਕੀ ਅੰਬੈਸੀਜ਼ ਵੀਜ਼ਾਸ ਦੇ ਰਹੀ ਹੈਗੇ ਨੇ? ਕੀ ਬੱਚਿਆਂ ਦਾ ਭਵਿੱਖ ਵਿਦੇਸ਼ਾਂ ਦੇ ਵਿੱਚ ਐਕਚੁਅਲ ਦੇ ਵਿੱਚ ਕਿੰਨਾ ਕੁਝ ਸਿਕਿਓਰ ਹੈਗਾ? ਔਰ ਸਭ ਤੋਂ ਵੱਡਾ ਸਵਾਲ ਕਿ ਕਿਸ ਤਰੀਕੇ ਦੇ ਨਾਲ ਬੱਚੇ ਸਹੀ ਆਪਣੀ ਇਨਫੋਰਮੇਸ਼ਨ ਲੈ ਕੇ ਬਾਹਰ ਜਾ ਸਕਦੇ ਹੈਗੇ ਨੇ? ਫਿਲਹਾਲ ਅਸੀਂ ਗੱਲ ਕਰ ਰਹੇ ਸੀ ਜੀ ਆਸਟ੍ਰੇਲੀਆ ਨੂੰ ਲੈ ਕੇ, ਕਿ ਆਸਟ੍ਰੇਲੀਆ ਜਿਹੜਾ ਥੋੜਾ ਜਿਹਾ ਸਖ਼ਤ ਹੋਇਆ ਹੋਇਆ ਵਾ, ਬੱਚੇ ਕਾਫੀ ਡਰੇ ਹੋਏ ਨੇ ਕਿ ਹਾਂਜੀ ਹੁਣ ਅਸੀਂ ਅਪਲਾਈ ਕਰਦੇ ਹਾਂ, ਬਲਕਿ ਇਸ ਟਾਈਮ ਇਹ ਅੱਛਾ ਹੈ ਜਿਹੜਾ ਇੱਕ ਜੈਨੂਇਨ ਸਟੂਡੈਂਟ ਹੈ ਜੀ, ਜਿਹਦਾ ਪ੍ਰੋਫਾਈਲ ਅੱਛਾ ਹੈ, ਜਿਹਦਾ ਕੋਈ ਜ਼ਿਆਦਾ ਗੈਪ ਨਹੀਂ ਹੈ, ਪਰਸੈਂਟੇਜ ਠੀਕ ਹੈ ਜੀ, ਔਰ ਜਿਹਦੇ ਫਾਈਨੈਂਸ਼ੀਅਲ ਡਾਕੂਮੈਂਟ ਹੈ, ਉਹ ਸਟੂਡੈਂਟਸ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਉਹਨਾਂ ਦੇ। ਸਗੋਂ ਜਦ ਥੋੜਾ ਜਿਹਾ ਰਸ਼ ਘੱਟ ਹੁੰਦਾ ਤਾਂ ਵੀਜ਼ੇ ਜ਼ਿਆਦਾ ਆਉਂਦੇ ਆ, ਇਹ ਸਮਝੋ ਤੁਸੀਂ ਜੀ, ਕਿਉਂਕਿ ਆਸਟ੍ਰੇਲੀਆ ਵਿੱਚ ਜਿਹੜਾ ਬਹੁਤ ਜ਼ਿਆਦਾ ਰਸ਼ ਹੋਇਆ ਹੋਇਆ ਸੀਗਾ, ਹੁਣ ਇਹ ਜਿਹੜੇ ਅੱਛੇ ਬੱਚੇ ਆ ਜਿਨ੍ਹਾਂ ਦਾ ਬਿਲਕੁਲ ਕੋਈ ਗੈਪ ਨਹੀਂ ਹੈ, ਕੋਈ ਕੁਛ ਨਹੀਂ ਹੈ, ਉਹਨਾਂ ਦੇ ਜਿਹੜੇ ਵੀਜ਼ਾ ਦੇ ਸੰਭਾਵਨਾ ਬਹੁਤ ਜ਼ਿਆਦਾ ਵੱਧ ਗਈ। ਬਟ ਜੇ ਅਸੀਂ ਇਹਦੇ ਕੰਪੈਟੀਟਿਵ ਅਗਰ ਮੈਂ ਕਿਸੇ ਹੋਰ ਕੰਟਰੀ ਦੀ ਗੱਲ ਕਰਦੇ ਹਾਂ, ਫੋਰ ਐਗਜ਼ਾਮਪਲ ਅਸੀਂ ਯੂਕੇ ਦੀ ਗੱਲ ਕਰਦੇ ਹਾਂ, ਤਾਂ ਯੂਕੇ ਦੇ ਵਿੱਚ ਅਗਰ ਅਸੀਂ ਨਾਰਮਲ ਐਡਸ ਵੀ ਦੇਖਦੇ ਹਾਂ, ਨਿਊਜ਼ ਪੇਪਰ ਵੀ ਫੜ ਕੇ ਦੇਖਦੇ ਹਾਂ, ਤਾਂ ਯੂਕੇ ਨੂੰ ਬਹੁਤ ਹਾਈਲਾਈਟ ਕੀਤਾ ਜਾ ਰਿਹਾ ਕਿ ਹਾਂਜੀ ਹੁਣ ਵਿਦਆਊਟ ਆਈਲੈਟਸ ਦੀ ਸਟਾਰਟ ਕੀਤਾ ਯੂਕੇ ਨੇ, ਗੋਲਡਨ ਅਪਰਚੁਨਿਟੀ ਹੈ ਜਿਹੜੀ ਹੁਣ ਕਾਲ ਆਈ ਸੀ ਕਿ 5.5 ਬੈਂਡ ਹੈ, 5.5 ਬੈਂਡ ਹੈ, ਜਾਂ ਕੋਈ ਕਿਸੇ ਦਾ 2-3 ਸਾਲ ਦਾ ਗੈਪ ਹੈ ਜੀ, ਉਹਨਾਂ ਦੇ ਵਾਸਤੇ ਯੂਕੇ ਇਸ ਟਾਈਮ ਗੋਲਡਨ ਅਪਰਚੁਨਿਟੀ ਹੈ। ਪਰ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੇ ਸਟੂਡੈਂਟਸ ਅਜੇ ਇਹ ਸੋਚ ਰਹੇ ਨਹੀਂ ਯੂਕੇ ਸਟਾਰਟ ਹੋਇਆ ਮੈਂ ਕੈਨੇਡਾ ਕਰਨਾ, 5.5 ਚ ਜਿੱਥੇ ਵੀਜ਼ਾ, ਜਿਨ੍ਹਾਂ ਦਾ ਪ੍ਰੋਫਾਈਲ ਅੱਛਾ ਹੈ ਉਹ ਤੁਸੀਂ ਆਸਟ੍ਰੇਲੀਆ ਕਰੋ, ਕੈਨੇਡਾ ਕਰੋ। ਜਿਨ੍ਹਾਂ ਦਾ ਥੋੜਾ ਡਾਈਸੀ ਪ੍ਰੋਫਾਈਲ ਸੀਗਾ, ਜਿਨ੍ਹਾਂ ਦਾ ਕੋਈ ਗੈਪ ਹੈ ਜਾਂ ਬੈਂਡ ਨਹੀਂ ਆ ਰਹੇ, ਤੁਸੀਂ ਸੋਚੋ ਜਿਨ੍ਹਾਂ ਨੇ ਆਈਲਟਸ ਨਹੀਂ ਕੀਤੀ ਹੋਈ, ਔਰ 60
ਪਰਸੈਂਟ ਖਾਲੀ ਇੰਗਲਿਸ਼ ਚ ਹੈ, ਉਹ ਵੀ ਇਸ ਟਾਈਮ 100% ਵੀਜ਼ਾ ਲੈਣ ਦੇ ਲਾਇਕ ਹੈ ਕਿਉਂਕਿ ਅੰਬੈਸੀ ਨੇ ਹਜੇ ਵੀਜ਼ਾ ਸਟਾਰਟ ਕੀਤਾ ਹੈ ਜੀ ਜੀ, ਲੇਕਿਨ ਤੁਸੀਂ ਦੇਖਣਾ ਜਦ ਉਹ ਸੈਪਟੈਂਬਰ ਇਨਟੇਕ ਆਏਗਾ ਇੰਨਾ ਰਸ਼ ਵੱਧ ਜਾਏਗਾ, ਉਸ ਟਾਈਮ ਇੰਟਰਵਿਊ ਵੀ ਸ਼ੁਰੂ ਹੋ ਜਾਣੀ ਹੈ, ਉਸ ਟਾਈਮ ਮੈਂ ਕਹਿ ਨਹੀਂ ਸਕਦੀ, ਲੇਕਿਨ ਮੇਰਾ ਜਿਹੜਾ ਐਕਸਪੀਰੀਅੰਸ ਇੰਨਾ ਲੰਬਾ ਉਹਦਾ ਇਹੀ ਹੈ ਕਿ ਜਦ ਫਾਈਲਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਤੇ ਹਰ ਅੰਬੈਸੀ ਫਿਰ ਉਹ ਜਿਹੜਾ ਇੱਕ ਕਿਸਮ ਤੋਂ ਛਟਨੀ ਕਰਨੀ ਸ਼ੁਰੂ ਕਰ ਦਿੰਦੀ ਆ ਕਿ ਮੈਂ ਇਹੋ ਜਿਹੇ ਬੱਚੇ ਲੈਣੇ, ਇਹੋ ਜਿਹੇ ਨਹੀਂ ਲੈਣੇ। ਦੈਟ ਮੀਨਸ ਇਹ ਜਿਹੜੇ ਬੱਚੇ ਹਜੇ ਕਿਸੇ ਕੰਟਰੀ ਵਾਸਤੇ ਇਲੀਜੀਬਲ ਨਹੀਂ ਹੋ ਰਹੇ ਸੀ, ਉਹਨਾਂ ਦੇ ਵਾਸਤੇ ਗੋਲਡਨ ਅਪਰਚੁਨਿਟੀ ਆ। ਜੀ ਜੀ ਜੀ। ਸੋ ਅਸੀਂ ਹੁਣ ਅਸੀਂ ਜਿੱਦਾਂ ਗੱਲ ਕਰ ਰਹੇ ਹੈਗੇ ਆ ਕਿ ਅਲੱਗ ਅਲੱਗ ਬੱਚਿਆਂ ਦੀ ਪ੍ਰੋਫਾਈਲ ਦੇ ਬਾਰੇ, ਅਲੱਗ ਅਲੱਗ ਕੰਟਰੀਜ਼ ਦੇ ਬਾਰੇ ਗੱਲ ਕਰ ਰਹੇ ਹਾਂ। ਨੈਕਸਟ ਜਿਹੜੇ ਕਾਲਜ ਸਾਡੇ ਨਾਲ ਜੁੜੇ ਨੇ ਜੀ ਜੰਮੂ ਤੋਂ, ਮੈਂ ਤੁਹਾਡਾ ਸਵਾਗਤ ਕਰਨਾ ਚਾਹਾਂਗੀ ਸਰ ਸਾਡੇ ਪ੍ਰੋਗਰਾਮ ਦੇ ਵਿੱਚ। ਕਿਸ ਕੰਟਰੀ ਦੇ ਬਾਰੇ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ? ਹੈਲੋ ਹੈਲੋ ਸਰ, ਆਪਣੇ ਥੋੜਾ ਜਿਹਾ ਪਿੱਛੇ ਜਿਹੜਾ ਟੀਵੀ ਚੱਲ ਰਿਹਾ ਉਹਦਾ ਵੋਲਿਊਮ ਥੋੜਾ ਜਿਹਾ ਘੱਟ ਕਰ ਲਓ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਸਰ, ਕਿਸ ਕੰਟਰੀ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ? ਯੂਕੇ ਦੀ ਨੋਲੇਜ ਚਾਹੀਦੀ। ਹਾਂਜੀ, ਯੂਕੇ ਕੇ ਲਈ। ਯੂਕੇ ਕੇ ਲਈ, ਓਕੇ ਸਰ। ਤੁਹਾਡੀ ਪ੍ਰੋਫਾਈਲ? ਮੈਨੇ ਪਲੱਸ ਟੂ ਕੀ ਹੈ ਅਭੀ 2019 ਮੇ, ਔਰ ਆਈਲਸ ਕੀ ਹੈ 5.5 ਬੈਂਡ ਓਵਰਆਲ। ਓਕੇ, ਪਲੱਸ ਟੂ ਕਬ ਕੀ ਆਪਨੇ? 2019 ਮੇ। ਯੈਸ ਸਰ, ਅਭੀ ਕੀ ਹੈ। ਹਾਂਜੀ ਹਾਂਜੀ, 5.5 ਬੈਂਡਸ ਨੇ ਇਹਨਾਂ ਦੇ। ਹਾਂਜੀ, ਕਿੰਨੀ ਪਰਸੈਂਟੇਜ ਹੈ ਜੀ ਤੁਹਾਡੀ? 65 ਓਕੇ, 65 ਪਰਸੈਂਟੇਜ ਹੈ ਐਂਡ ਆਇਲਸ 5.5 ਹੈ। ਚਾਰੋਂ ਮਾਡਿਊਲ ਮੇ 5.5 ਹੈ ਕਿ ਕਿਸੀ ਏਕ ਮੇ ਕਮ ਹੈ? ਚਲੋ ਠੀਕ ਹੈ, ਕੋਈ ਦਿੱਕਤ ਨਹੀਂ। ਆਪਕੇ ਸਬਜੈਕਟ ਕਿਆ ਥੇ? ਕਾਮਰਸ ਹੈ। ਤੋ ਆਪ ਅਪਲਾਈ ਕਰ ਸਕਤੇ ਹੋ, ਜੈਨ ਇਨਟੇਕ ਹੈ। ਜੈਨ ਇਨਟੇਕ ਕੇ ਲਈ ਅਭੀ ਅਪਲਾਈ ਕਰਨਾ ਪੜੇਗਾ, ਕਿਉਂਕਿ ਅਭੀ ਆਪ ਅਪਲਾਈ ਕਰੋਗੇ, ਦੋ LOR ਆਪਕੋ ਚਾਹੀਏਗੀ, ਰੈਫਰੈਂਸ ਲੈਟਰ, ਰਿਕਮੈਂਡੇਸ਼ਨ ਲੈਟਰ ਚਾਹੀਏਗੀ ਆਪਣੇ ਸਕੂਲ ਸੇ ਜਹਾਂ ਸੇ ਪਲੱਸ ਟੂ ਕੀ ਹੈ, ਔਰ ਇੱਕ ਸਟੇਟਮੈਂਟ ਆਫ ਪਰਪਸ ਚਾਹੀਏ, ਜਿਸਕੇ ਸਾਥ ਆਪ ਅਪਲਾਈ ਕਰੋਗੇ, ਆਫਰ ਲੈਟਰ ਆਏਗਾ। ਆਫਰ ਲੈਟਰ ਆਨੇ ਮੇ 5-10-15 ਦਿਨ ਤੱਕ ਵੀ ਲੈ ਲੈਤੇ ਹੈ ਜੀ। ਤੋ ਇਨ ਦਾ ਮੇਨ ਟਾਈਮ ਆਪਕੇ 28 ਡੇਜ਼ ਓਲਡ ਫੰਡ ਹਮੇ ਮਤਲਬ ਚਾਹੀਏ ਆਪਸੇ, ਜੋ ਕਿ ਨੀਅਰ ਅਬਾਊਟ 15-17 lakh ਆਪਣੇ ਦਿਖਾਨੇ, ਅਗਰ 6 ਮਹੀਨੇ ਕੀ ਫੀਸ ਪੇ ਕਰ ਰਹੇ ਹੋ। ਤੋ ਆਪ ਇਹ ਤਿਆਰੀ ਕਰ ਲੋਗੇ ਔਰ ਡਾਕੂਮੈਂਟਸ ਹਮਾਰੇ ਪਾਸ ਭੇਜ ਦੀਜੀਏ, ਮੇਲ ਕਰ ਦੀਜੀਏ, ਯਾ ਆਪ ਆ ਕੇ ਮਿਲਣਾ ਚਾਹੇ ਉਹ ਵੀ ਕਰ ਸਕਦੇ ਹਾਂ, ਇਹ ਆਪ ਪੇ ਡਿਪੈਂਡ ਕਰ। ਸੋ ਜਿੱਦਾਂ ਅਸੀਂ ਕੈਨੇਡਾ ਦੇ ਇਨਟੇਕ ਦੇ ਬਾਰੇ ਗੱਲ ਕਰ ਰਹੇ ਸੀ ਕਿ ਕੈਨੇਡਾ ਦਾ ਕਮਿੰਗ ਇਨਟੇਕ ਜਿਹੜਾ ਜੈਨ ਹੈਗਾ, ਯੂਕੇ ਦੇ ਬਾਰੇ ਅਗਰ ਗੱਲ ਕਰਦੀ ਹਾਂ ਤਾਂ ਯੂਕੇ ਦਾ ਜਿਹੜਾ ਕਮਿੰਗ ਜੈਨ ਫੈਬ ਇਨਟੇਕ ਹੈ, ਕੁਝ ਯੂਨੀਵਰਸਿਟੀਜ਼ ਇੱਦਾਂ ਹੁੰਦਾ ਨਾ ਜੈਨ ਫੈਬ ਦੀਪ, ਇੱਦਾਂ ਕਰਕੇ ਕਿਹਾ ਜਾਂਦਾ ਹੈ। ਸਮਝੋ ਜੈਨ ਐਂਡ ਵਿੱਚ ਕਿਸੇ ਦਾ ਸ਼ੁਰੂ ਹੋ ਰਿਹਾ, ਕਿਸੇ ਦਾ ਜੈਨ ਮਿਡਲ ਚ ਸ਼ੁਰੂ ਹੋ ਰਿਹਾ, ਕਿਸੇ ਦਾ ਫੈਬ ਸਟਾਰਟਿੰਗ ਚ ਹੋ ਰਿਹਾ, ਓਕੇ, ਤੇ ਮਿਕਸ ਜੈਨ ਫੈਬ ਇਨਟੇਕ ਕਿਹਾ ਜਾਂਦਾ। ਤੇ ਇਹਦੇ ਵਾਸਤੇ ਹੁਣ ਜਿਹੜੇ ਸਟੂਡੈਂਟ, ਕਿਉਂਕਿ ਜਾਂ ਸਟੂਡੈਂਟ ਇਹਦੇ ਵਾਸਤੇ ਲੇਟ ਅਪਲਾਈ ਕਰਨਗੇ ਉਹਨਾਂ ਦਾ ਵੀ ਮੁਸ਼ਕਲ ਹੈ। ਆਫਰ ਲੈਟਰ ਆਣੀ ਹੈ ਜਿੱਦਾਂ ਮੈਂ ਹੁਣ ਦੱਸ ਰਹੀ ਸੀ, ਫਿਰ 28 ਡੇਜ਼ ਓਲਡ ਫੰਡ ਵੀ ਇਹਨਾਂ ਨੇ ਦਿਖਾਣੇ, ਅਕਾਊਂਟ 31 ਡੇਜ਼ ਓਲਡ ਹੋਣਾ ਚਾਹੀਦਾ, ਉਹਦਾ ਮੈਡੀਕਲ ਵੀ ਹੋਣਾ ਸਟੂਡੈਂਟ ਦਾ, ਉਹਨੇ ਆਪਣੇ ਸਕੂਲ ਕਾਲਜ ਤੋਂ ਜਿਹੜੇ ਦੋ LOR ਵੀ ਲੈਣੀ, SOP ਵੀ ਬਣਾਉਣੀ ਹੈ, ਫਿਰ ਉਹਦੇ ਕੋਲ ਟਾਈਮ ਨਹੀਂ ਹੋਏਗਾ। ਇਹ ਵੀ ਸਮਝੋ ਲਾਸਟ ਟਾਈਮ 15-20 ਦਿਨ ਦਾ ਬਚਿਆ ਯੂਕੇ ਦੇ ਵਾਸਤੇ ਉਹਦੇ ਕੋਲ। ਤੇ ਜਿਹੜਾ ਯੂਕੇ ਦੀ ਅਗਰ ਮੈਂ ਗੱਲ ਕਰਾਂ ਵਿਦਆਊਟ ਆਈਲੈਟਸ ਦੀ ਗੱਲ ਕਰਾਂ, ਤਾਂ ਉਹਦੇ ਵਿੱਚ ਕਿਸ ਤਰੀਕੇ ਦੀ ਪ੍ਰੋਫਾਈਲ ਹੋਣੀ ਚਾਹੀਦੀ ਵਿਦਆਊਟ ਆਈਲੈਟਸ ਜਿਹੜੇ ਬੱਚੇ ਯੂਕੇ ਅਪਲਾਈ ਕਰਨਾ ਚਾਹੁੰਦੇ ਨੇ? ਉਹਨਾਂ ਦਾ ਕੀ 60% ਇੰਗਲਿਸ਼ ਚ, ਇਹ ਵੀ ਕੈਟਾਗਰੀਜ ਹੈ ਹਰ ਯੂਨੀਵਰਸਿਟੀ ਦੀ। ਕੋਈ ਯੂਨੀਵਰਸਿਟੀ 60% ਚ ਲੈ ਰਹੀ ਹੈ ਤੇ ਕੋਈ ਯੂਨੀਵਰਸਿਟੀ 65, ਕੋਈ 70%। ਮੈਕਸੀਮਮ ਯੂਨੀਵਰਸਿਟੀ 60% ਜਿਹੜੇ CBSE ICSE ਵਾਲੇ ਬੱਚਿਆਂ ਨੂੰ ਲੈ ਰਹੇ ਆ, ਤੇ 70% ਸਟੇਟ ਬੋਰਡ ਵਾਲਿਆਂ ਨੂੰ ਲੈ ਰਹੇ ਆ। ਲੇਕਿਨ ਕੁਛ ਯੂਨੀਵਰਸਿਟੀਜ਼ ਹੈ ਜਿਹੜੀ ਕਹਿੰਦੇ ਕਿ 60% ਕੋਈ ਮਰਜ਼ੀ ਬੋਰਡ ਤੋਂ ਹੋਏ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਬਾਰ ਬਾਰ ਮੈਂ ਸ਼ਾਇਦ ਲਾਸਟ ਪ੍ਰੋਗਰਾਮ ਚ ਵੀ ਇਹੀ ਕਿਹਾ ਸੀਗਾ ਕਿ ਇਹ ਗੋਲਡਨ ਅਪਰਚੁਨਿਟੀ ਹੈ ਜਿਹੜੇ ਸਟੂਡੈਂਟਸ ਬਾਹਰ ਦਾ ਐਕਸਪੋਜ਼ਰ ਲੈਣਾ ਚਾਹੁੰਦੇ, ਬਾਹਰ ਜਾਣਾ ਚਾਹੁੰਦੇ ਆ। ਸਮਝੋ ਕਿ ਉਹ ਬਾਹਰ ਜਾਣਾ ਚਾਹ ਰਹੇ ਆ, ਕਿਸੇ ਵਜ੍ਹਾ ਨਾਲ ਉਹ ਕੈਨੇਡਾ ਵਾਸਤੇ ਕੁਆਲੀਫਾਈ ਨਹੀਂ ਕਰ ਰਹੇ, ਆਸਟ੍ਰੇਲੀਆ ਵਾਸਤੇ ਨਹੀਂ ਕਰ ਰਹੇ, ਨਿਊਜ਼ੀਲੈਂਡ ਵਾਸਤੇ ਨਹੀਂ ਕਰ ਰਹੇ। ਹੁਣ ਉਹ ਜਿਹੜਾ ਅੰਡਰਗ੍ਰੈਡ ਦਾ ਬੱਚਾ, ਉਹ 1-2 ਸਾਲ ਭਟਕਦਾ ਰਹਿੰਦਾ ਇੱਧਰ ਤੋਂ ਉੱਧਰ, ਤੇ ਇਹ 3 ਸਾਲ ਪੜ੍ਹ ਕੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਲੈ ਕੇ ਉਹ ਮਾਸਟਰਸ ਦੇ ਵਾਸਤੇ ਚਾਹੇ ਉਹ ਕੈਨੇਡਾ ਜਾਏ, ਚਾਹੇ US ਜਾਏ, ਚਾਹੇ ਆਸਟ੍ਰੇਲੀਆ ਜਾਏ, ਜੇ ਉਹਨੇ ਪੜ੍ਹ ਕੇ ਇੱਕ ਜੈਨੂਇਨ ਪ੍ਰੋਫਾਈਲ ਦਾ ਸਟੂਡੈਂਟ ਆਪਣਾ ਬਣਾ ਲਿਆ, ਜੈਨੂਇਨ ਪ੍ਰੋਫਾਈਲ ਬਣਾ ਲਿਆ, ਤੇ ਕੋਈ ਵੀ ਕੰਟਰੀ ਉਹਨੂੰ ਮਨਾ ਨਹੀਂ ਕਰੇਗੀ। ਲੇਕਿਨ ਹਜੇ ਉਹਦਾ ਪ੍ਰੋਫਾਈਲ ਨਹੀਂ ਹੈ, ਟਾਈਮ ਵੇਸਟ ਕਰਨ ਤੋਂ ਚੰਗਾ ਜਿਹੜਾ ਉਹ ਸਟੂਡੈਂਟ ਜਿਹੜਾ ਪੈਸਾ ਖਰਾਬ ਕਰਨਾ ਇੱਧਰ ਉੱਧਰ ਘੁੰਮਣ ਚ, ਖਾਲੀ ਇਨਫੋਰਮੇਸ਼ਨ ਲੈਣ ਚ, ਜਾਂ ਗਲਤ ਲੋਕਾਂ ਦੇ
ਹੱਥ ਵਿਚ ਆਣ ਉਸ ਤੋਂ ਵਧੀਆ ਉਹ ਜਿਹੜਾ ਪੈਸਾ ਹੈ ਤੁਸੀਂ ਆਪਦੇ ਸਟੱਡੀਜ਼ ਦੇ ਵਾਸਤੇ ਲਗਾ ਲਓ, ਇਸ ਤੋਂ ਵਧੀਆ ਤੁਹਾਨੂੰ ਮੌਕਾ ਨਹੀਂ ਮਿਲੇਗਾ ਜੀ। ਸੋ ਇਸ ਤੋਂ ਇਲਾਵਾ ਜਦੋਂ ਵੀ ਅਸੀਂ ਫੋਰਨ ਦੀ ਗੱਲ ਕਰਦੇ ਹਾਂ ਜਾਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਪਹਿਲਾ ਸਵਾਲ ਜਿਹੜਾ ਬੱਚਿਆਂ ਦੇ ਮਨ ਦੇ ਵਿੱਚ ਕੰਟਰੀ ਸਿਲੈਕਸ਼ਨ ਨੂੰ ਲੈ ਕੇ ਤਾਂ ਹੁੰਦਾ ਹੀ ਹੁੰਦਾ, ਪਹਿਲਾ ਜਿਹੜਾ ਸਭ ਤੋਂ ਹਿੱਟ ਕਰਦਾ ਕੁਐਸਚਨ ਉਹ ਹੁੰਦਾ ਹੈਗਾ ਕਿ ਫੰਡਸ ਕਿ ਕਿੰਨਾ ਖਰਚਾ ਆਏਗਾ ਇਸ ਕੰਟਰੀ ਦੇ ਵਿੱਚ ਜਾਣ ਦੇ ਲਈ, ਕਿਉਂਕਿ ਹਰ ਬੱਚਾ ਅਫੋਰਡ ਨਹੀਂ ਕਰ ਪਾਉਂਦਾ। ਬਟ ਸੁਪਨਾ ਹੁੰਦਾ ਬਾਹਰ ਜਾਣਾ ਕਿ ਹਾਂਜੀ ਅਸੀਂ ਇੱਥੇ ਜਾ ਕੇ ਆਪਣਾ ਫਿਊਚਰ ਸਿਕਿਓਰ ਕਰ ਲਈਏ। ਕਾਫੀ ਬੱਚੇ ਇੱਦਾਂ ਦੇ ਵੀ ਹੁੰਦੇ ਨੇ ਜੋ ਕਾਫੀ ਬ੍ਰਾਈਟ ਹੁੰਦੇ ਨੇ, ਅੱਛੇ ਬੈਂਡ ਸਿਕਿਓਰ ਕੀਤੇ ਹੁੰਦੇ ਨੇ, ਫਾਈਨੈਂਸ਼ੀਅਲ ਪ੍ਰੋਬਲਮ ਹੁੰਦੀ ਹੈ ਜੀ। ਦੇਖੋ ਦੀਪ, ਇਹਦੇ ਵਿੱਚ ਜਿਹੜੇ ਹੈ ਇਹਨਾਂ ਦੇ ਕੋਲ ਯੂਨੀਵਰਸਿਟੀ ਜਿਹੜੀ ਹੈ ਉਹ ਕਾਫੀ ਸਾਰੀ ਯੂਨੀਵਰਸਿਟੀਜ਼ ਆਲਮੋਸਟ 20% ਯੂਕੇ ਦੀ ਸਕਾਲਰਸ਼ਿਪ ਇਸ ਟਾਈਮ ਦੇ ਰਿਹਾ। ਅੱਜ ਵੀ ਸਟੂਡੈਂਟ ਦਾ ਆਫਰ ਲੈਟਰ ਆਇਆ, ਉਹਦੀ ਫੀਸ ਮੇਰੇ ਖਿਆਲ ਸੀਗੀ 11,500 ਪੌਂਡਸ, ਉਹਨੂੰ ਜਿਹੜਾ ਸਕਾਲਰਸ਼ਿਪ 1500 ਦੀ ਲੱਗੀ ਸੀ, ਦੈਟ ਮੀਨ 10,000 ਪੌਂਡਸ ਰਹਿ ਗਏ। 10,000 ਪੌਂਡਸ ਮੇਰਾ 9 ਲੱਖ ਤੋਂ ਘੱਟ ਹੋ ਗਈ ਫੀਸ, ਉਹ ਵੀ ਤੁਸੀਂ 2 ਇੰਸਟਾਲਮੈਂਟ ਜਾਂ 3 ਇੰਸਟਾਲਮੈਂਟ ਚ ਦੇਣੀ ਆ, ਤੇ ਜਿਹੜੀ 8,000-9,000 ਪਾਉਂਡ ਤੋਂ ਲੈ ਕੇ ਤੁਹਾਡੀ 13,000 ਪਾਉਂਡ ਤੱਕ ਫੀਸ ਰਹਿੰਦੀ ਹੈ। 20 hours ਦਾ ਵਰਕ ਪਰਮਿਟ ਅਲਾਊਡ ਹੈ ਤੁਹਾਨੂੰ। ਔਰ ਜਿਹੜਾ ਹੁਣ ਨਈ ਨਿਊਜ਼ ਆਈ ਸੀਗੀ ਆ, ਜਿਹੜੇ ਬੱਚੇ 2021 ਦੇ ਜਿਹੜੇ ਬੈਚ ਦੇ ਅੱਗੇ ਹੋਣਗੇ ਉਹਨਾਂ ਨੂੰ 2 years ਦਾ ਪੋਸਟ ਸਟੱਡੀ ਵਰਕ ਪਰਮਿਟ ਵੀ ਆ ਉੱਥੇ। ਇਹੀ ਕੰਟਰੀ ਆ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਇਸ ਟਾਈਮ ਦੇਣ ਲੱਗੇ ਆ, ਨਾਲ ਸਪਾਊਸ ਜਾ ਸਕਦਾ, ਬੱਚਾ ਨਾਲ ਜਾ ਸਕਦਾ, ਫਰੈਸ਼ ਫੰਡਸ ਦਿਖਾ ਸਕਦੇ ਹੋ। 28 days ਓਲਡ ਫੰਡ ਜਿਹੜੇ ਫਰੈਸ਼ ਫੰਡਸ ਹੀ ਆਪਾਂ ਅਕਾਊਂਟ ਕਰਦੇ ਹਾਂ, ਕਿਉਂਕਿ ਜਦ ਬੱਚਾ ਸਟੂਡੈਂਟ ਅਪਲਾਈ ਕਰਦਾ ਆਫਰ ਲੈਟਰ ਵਾਸਤੇ ਉਸੇ ਟਾਈਮ ਉਹ ਅਕਾਊਂਟ ਖੁਲਵਾ ਲੈਂਦਾ, 10-15 ਦਿਨ ਚ ਆਫਰ ਲੈਟਰ ਆਉਂਦਾ। ਕਹਿਣ ਨੂੰ ਤਾਂ ਯੂਨੀਵਰਸਿਟੀਆਂ ਕਹਿੰਦੀ ਅਸੀਂ 5 ਦਿਨ ਚ ਦੇ ਦਿੰਦੇ, ਉਹਨਾਂ ਦੇ ਕੋਲ ਵਰਕਲੋਡ ਇੰਨਾ ਜ਼ਿਆਦਾ ਹੁੰਦਾ ਕਿ ਉਹ 10-15 ਦਿਨ ਲਗਾ ਦਿੰਦੇ, ਲੇਕਿਨ ਕੁਛ ਯੂਨੀਵਰਸਿਟੀਆਂ ਹਲੇ ਵੀ 3-4 ਦਿਨ ਚ ਦੇ ਰਹੀਆਂ ਜੀ। ਫਿਰ ਸਟੂਡੈਂਟ ਜਦੋਂ ਹੀ ਅਕਾਊਂਟ ਖੁਲਾ ਲੈਂਦਾ 28 days ਓਲਡ ਫੰਡ ਹੋ ਗਏ, ਉਧਰ ਉਹਦਾ ਮੈਡੀਕਲ ਹੋਇਆ, ਕਿਉਂਕਿ ਯੂਕੇ ਦੇ ਵਿੱਚ ਇੱਕ ਚੀਜ਼ ਇਹ ਹੈ ਕਿ ਇਹ ਨਹੀਂ ਕਿ 4 ਆਫਰ ਲੈਟਰ ਆ ਗਈ ਤੇ ਮੈਡੀਕਲ ਇੱਕ ਹੀ ਕੰਮ ਕਰੇਗਾ। ਅੱਛਾ, ਉਹ ਜਿਹੜੀ ਯੂਨੀਵਰਸਿਟੀ ਚ ਜਾ ਰਿਹਾ ਸਟੂਡੈਂਟ ਫਾਈਨਲ ਕਰੇਗਾ ਉਸੇ ਦਾ ਮੈਡੀਕਲ ਉਹਦਾ ਹੁੰਦਾ ਜੀ। ਤੇ ਇਹ ਗੈਪ ਦਾ ਦੇਖੋ ਤੁਸੀਂ ਕੋਈ ਪ੍ਰੋਬਲਮ ਨਹੀਂ ਹੈ, ਸਪਾਊਸ ਜਾ ਸਕਦਾ, ਇਹ ਨਹੀਂ ਕਿ ਸਪਾਊਸ ਗ੍ਰੈਜੂਏਸ਼ਨ ਕੀਤਾ ਹੋਣਾ ਚਾਹੀਦਾ ਜਿੱਦਾਂ ਆਸਟ੍ਰੇਲੀਆ ਕਹਿੰਦਾ ਕਿ ਇਹਦੇ ਵਿੱਚ ਉਹ ਨਹੀਂ ਪੁੱਛਦੇ ਤੁਸੀਂ 10ਵੀਂ ਕੀਤੀ ਹੈ 12ਵੀਂ ਕੀਤੀ ਹੈ, ਗੈਪ ਤੁਹਾਡਾ ਕਿੰਨਾ, 3-4-5 ਸਾਲ ਤੱਕ ਦਾ ਗ੍ਰੈਜੂਏਸ਼ਨ ਵਾਲੇ ਬੱਚੇ ਜਾਂ ਕੰਮ ਕਰ ਰਿਹਾ, ਜਸਟੀਫਾਈ ਕਰ ਰਿਹਾ ਆਪਣੇ ਗੈਪ ਨੂੰ। ਤੇ ਇਸ ਕਰਕੇ ਮੈਂ ਬਾਰ ਬਾਰ ਇਹ ਕਹਿ ਰਹੀ ਹਾਂ ਕਿ ਇਸ ਤੋਂ ਜ਼ਿਆਦਾ ਤੁਹਾਨੂੰ ਗੋਲਡਨ ਅਪਰਚੁਨਿਟੀ ਨਹੀਂ ਮਿਲੇਗੀ। ਇਹ ਚੀਜ਼ ਅਸੀਂ ਅਪਲਾਈ ਕਰਦੇ ਹਾਂ ਕਿ ਜੇ ਮੰਨ ਲਓ ਇੱਕ ਸਟੂਡੈਂਟ ਰਿਜੈਕਟ ਹੋ ਗਿਆ ਕਿਸੇ ਕੰਟਰੀ ਦੇ ਵਿੱਚੋਂ ਤੇ ਉਹਦਾ ਟੋਟਲ ਕਿੰਨਾ ਲੌਸ ਹੁੰਦਾ ਹੈਗਾ, ਇੱਕ ਤਾਂ ਟਾਈਮ ਤਾਂ ਵੇਸਟ ਹੁੰਦਾ ਹੀ ਹੁੰਦਾ ਹੈਗਾ, ਫਾਈਨੈਂਸ਼ੀਅਲੀ ਬੱਚੇ ਨੂੰ ਕਿੰਨਾ ਕੁ ਸਾਰੀਆਂ ਚੀਜ਼ਾਂ ਨੂੰ। ਮੇਰੇ ਕੋਲ ਸਟੂਡੈਂਟ ਜ਼ਿਆਦਾ ਆਉਂਦਾ ਨਾ, ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਪਤਾ ਸਟੂਡੈਂਟ ਨਾ ਕਈ ਵਾਰੀ ਬਹੁਤ, ਮੈਂ ਕੈਨੇਡਾ ਜਾਣਾ ਤੇ ਜਾਣਾ ਹੀ ਆ, ਉਹ ਚਾਹੇ ਵੀਜ਼ਾ ਰਿਜੈਕਟ ਹੋਏ, ਇਹ ਬੜੀ ਪ੍ਰੋਬਲਮ ਹੈ। ਅਦਰਵਾਈਜ਼ ਐਜ ਅ ਕੰਸਲਟੈਂਟ ਮੇਰਾ ਕੰਮ ਹੈ ਜਿਹੜੀ ਕੰਟਰੀ ਚ ਉਹਦਾ ਪ੍ਰੋਫਾਈਲ ਇਸ ਟਾਈਮ ਬਣ ਰਿਹਾ, ਜੇ ਉਹਦਾ ਆਸਟ੍ਰੇਲੀਆ ਦਾ ਬਣ ਰਿਹਾ ਸੀ ਆਸਟ੍ਰੇਲੀਆ ਗਾਈਡ ਕਰਾਂਗੇ, ਜੇ ਕੈਨੇਡਾ ਬਣ ਰਿਹਾ ਕੈਨੇਡਾ ਗਾਈਡ ਕਰਾਂਗੇ, ਜੇ ਯੂਕੇ ਬਣ ਰਿਹਾ ਯੂਕੇ ਗਾਈਡ ਕਰਾਂਗੇ। ਦੈਟ ਮੀਨਸ ਗਾਈਡ ਕਰਨ ਦਾ ਮਤਲਬ ਕੀ ਹੈ ਕਿ ਉਹਦੇ ਵਿੱਚ 99% ਤੁਹਾਡੇ ਚਾਂਸਿਸ ਹੈ, ਤੁਹਾਡਾ ਲੋਸ ਨਹੀਂ ਹੁੰਦਾ। ਲੋਸ ਕਦੋਂ ਹੁੰਦਾ ਕਿ ਜਦ ਬੱਚਾ ਸਟੂਡੈਂਟ ਬਹੁਤ ਕੇਅਰਲੈਸ ਹੁੰਦਾ, ਮੈਕਸੀਮਮ ਟਾਈਮ ਉਹੀ ਲੋਸ ਹੁੰਦਾ, ਅੰਬੈਸੀ ਫੀਸ ਦਾ ਸਟੂਡੈਂਟ ਦਾ ਲੋਸ ਹੁੰਦਾ ਮੇਨਲੀ, ਜਾਂ ਜਿਹੜੀ ਫੀਸ ਉਧਰ ਗਈ ਹੈ ਡਾਲਰ ਕੀ ਰੇਟ ਸੀਗਾ ਪਾਉਂਡ ਕੀ ਰੇਟ ਹੈ, ਔਰ ਜਦ ਉਹ ਆ ਰਿਹਾ ਉਹਦਾ ਜਿਹੜਾ ਐਕਸਚੇਂਜ ਰੇਟ ਹੈ। ਇਹ ਇਸ਼ੋਰਿਟੀ ਹੁੰਦੀ ਹੈਗੀ ਹੈ ਕਾਲਜ ਯੂਨੀਵਰਸਿਟੀ ਦੀ ਕਿ ਮੰਨ ਲਓ ਜੇ ਬੱਚਾ ਰਿਜੈਕਟ ਹੋ ਗਿਆ ਹੈਗਾ ਅੰਬੈਸੀ ਦੇ ਵਿੱਚ, ਵੀਜ਼ਾ ਨਹੀਂ ਮਿਲਿਆ, ਤਾਂ ਕਾਲਜ ਯੂਨੀਵਰਸਿਟੀ ਵਾਲੇ ਜਿਹੜੇ ਫੀਸ ਰਿਫੰਡ ਕਰਨਗੇ ਹੀ ਕਰਨਗੇ। ਦੀਪ, ਮੇਰਾ 22 ਸਾਲ ਤੋਂ ਵੀ ਜ਼ਿਆਦਾ ਇੱਕ ਐਕਸਪੀਰੀਅੰਸ ਹੋ ਗਿਆ ਜਿਹੜਾ ਗਵਰਨਮੈਂਟ ਯੂਨੀਵਰਸਿਟੀਜ਼ ਕਾਲਜ ਹੈ, ਕਦੀ ਇਹਨਾਂ ਦੇ ਨੋਰਮਸ ਇੱਦਾਂ ਦੇ ਆ ਕੋਈ ਵੀ ਸਟੂਡੈਂਟ ਦੀ ਫੀਸ ਨਹੀਂ ਕਦੀ ਵੀ ਰੁਕਦੀ ਆ, ਉਹ ਆਣੀ ਹੀ ਆਣੀ ਆ। ਇਹ ਜ਼ਰੂਰ ਹੈ ਕਿ ਜਦ ਕੋਈ ਕੰਟਰੀ ਖੁੱਲਦੀ ਹੈ ਉਹ ਬਿਲਕੁਲ ਵੀਜ਼ਾ ਜ਼ਿਆਦਾ ਜ਼ਿਆਦਾ ਨਾ, ਆਸਟ੍ਰੇਲੀਆ ਨੇ ਵੀ 5-6 ਸਾਲ ਪਹਿਲੇ ਖੋਲਿਆ ਸੀਗਾ, ਅਸੀਂ ਘਰੋਂ ਬੈਠੇ ਬੱਚਿਆਂ ਨੂੰ ਬੁਲਾਇਆ ਸਟੂਡੈਂਟਸ ਨੂੰ ਫੋਨ ਕੀਤਾ ਕਿ ਆਸਟ੍ਰੇਲੀਆ ਦਾ ਵੀਜ਼ਾ ਸਟਾਰਟ ਹੋ ਗਿਆ, ਉਹ ਕਹਿੰਦੇ ਨਾ ਕਿ ਜਦ ਕੋਈ ਭੀੜ ਲੱਗਦੀ ਉਧਰ ਸ਼ੁਰੂ ਹੋ ਜਾਂਦੇ ਆ, ਮੈਨੂੰ ਕਹਿੰਦਾ ਕਿ ਮੈਡਮ ਅਸੀਂ ਨੀ ਆਸਟ੍ਰੇਲੀਆ ਜਾਣਾ, ਉੱਥੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਇਹ ਸਟੂਡੈਂਟਸ ਦਾ ਹੁੰਦਾ ਸੀ, ਅੱਜ ਦੇ ਦਿਨ ਜਦ ਬਹੁਤ ਸਟ੍ਰਿਕਟ ਹੋ ਗਿਆ ਆਸਟ੍ਰੇਲੀਆ ਹੀ ਜਾਣਾ, ਉਹ ਜਦ ਭੀੜ ਬਣ ਜਾਂਦੀ ਜਦ, ਤਾਂ ਹੀ ਮੈਂ ਕਹਿ ਰਹੀ ਹਾਂ ਯੂਕੇ ਸਟਾਰਟ ਹੋਇਆ ਤੁਸੀਂ ਯੂਕੇ ਅਪਲਾਈ ਕਰੋ, ਕਿਉਂਕਿ ਨੈਕਸਟ ਸਮੈਸਟਰ ਤੋਂ ਜਦ ਤੁਸੀਂ ਭੀੜ ਚ ਸ਼ਾਮਿਲ ਹੋਗੇ ਤਾਂ ਸ਼ਾਇਦ ਤੁਹਾਡਾ ਵੀਜ਼ਾ ਨਾ ਲੱਗੇ। ਜੀ ਬਿਲਕੁਲ ਦਰਸ਼ਕੋ, ਜਿੱਦਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਫੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕੀਤੀ, ਵੱਖ ਵੱਖ ਕੰਟਰੀਜ਼ ਨੂੰ ਲੈ ਕੇ ਡਿਸਕਸ ਕੀਤਾ, ਸਭ ਤੋਂ ਜਿਹੜਾ ਕਿ ਮੇਨ ਸਵਾਲ ਇਹ ਸੀ ਕਿ ਆਉਣ ਵਾਲੇ ਸਮੇਂ ਦੇ
ਦੇ ਵਿੱਚ ਇਹਨਾਂ ਕੰਟਰੀਜ਼ ਦੇ ਵਿੱਚ ਜੇ ਤੁਸੀਂ ਅਪਲਾਈ ਕਰਦੇ ਹੈਗੇ ਹੋ ਤਾਂ ਕਮਿੰਗ ਇਨ ਡੇ ਕੀ ਹੋ ਸਕਦੇ ਹੈਗੇ ਨੇ? ਵਧੇਰੇ ਜਾਣਕਾਰੀ ਦੇ ਲਈ ਜਿਹੜੇ ਸਕਰੀਨ ਤੇ ਨੰਬਰਸ ਫਲੈਸ਼ ਹੋ ਰਹੇ ਜੇ ਉਹ ਤੁਸੀਂ ਨੋਟ ਕਰ ਸਕਦੇ ਹੋ, ਉਹਨਾਂ ਨੰਬਰਸ ਤੇ ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਜਾਂ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੁਸੀਂ ਸਟੂਡੈਂਟਸ ਨੂੰ ਕੀ ਟਿਪਸ ਦੇਣਾ ਚਾਹੋਗੇ ਜਿਹੜੇ ਬੱਚੇ ਹੁਣ ਅਪਲਾਈ ਕਰਨਾ ਚਾਹੁੰਦੇ ਨੇ? ਜਿਹੜੇ ਸਟੂਡੈਂਟਸ ਹੁਣ ਅਪਲਾਈ ਕਰਨਾ ਚਾਹੁੰਦੇ ਜੈਨ ਫੈਬ ਵਾਸਤੇ ਜੀ, ਕਿਉਂਕਿ ਆਇਲਸ ਕਰਨ ਦਾ ਹੁਣ ਸ਼ਾਇਦ ਉਹਨਾਂ ਦੇ ਕੋਲ ਟਾਈਮ ਨਹੀਂ ਹੈ, ਜੈਨ ਫੈਬ ਵਾਸਤੇ ਟਾਈਮ ਬਹੁਤ ਘੱਟ ਰਹਿ ਗਿਆ। ਯੂਕੇ ਜਿਹੜਾ ਵਿਦਆਊਟ ਆਇਲਸ ਲੈ ਰਿਹਾ, ਇਹ ਤੁਹਾਡੀ ਗੋਲਡਨ ਅਪਰਚੁਨਿਟੀ ਹੈ, ਇਹਦਾ ਤੁਸੀਂ ਫਾਇਦਾ ਉਠਾ ਸਕਦੇ ਹੋ। ਫੰਡਸ ਜਿਹੜੇ ਆ ਬਹੁਤ ਘੱਟ ਟਾਈਮ ਵਾਸਤੇ ਮਤਲਬ ਬਲੌਕ ਕਰਨੇ ਪੈਂਦੇ, 28 ਡੇਜ਼ ਵਾਸਤੇ ਤੁਸੀਂ ਸ਼ੋਅ ਕਰਨਾ ਲਿਵਿੰਗ ਐਕਸਪੈਂਸਿਸ ਤੁਹਾਡੇ ਕੋਲ ਹੈ, ਦੈਟ ਮੀਨਸ ਕਿ ਤੁਹਾਨੂੰ ਪੁਰਾਣੇ 6 ਮਹੀਨੇ ਪੁਰਾਣੇ ਫੰਡਸ ਦੀ ਲੋੜ ਨਹੀਂ ਹੈ, ਤੇ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਹੋ। ਜੇ ਤੁਸੀਂ ਹਜੇ ਆਇਲਸ ਕਰਨਾ ਚਾਹੁੰਦੇ, ਪਰਟੀਕੁਲਰ ਕੰਟਰੀ ਜਾਣਾ ਚਾਹੁੰਦੇ ਹੋ, ਤੇ ਆਸਟ੍ਰੇਲੀਆ ਜਿਹੜਾ ਜੁਲਾਈ ਵਾਸਤੇ ਓਪਨ ਹੈ, ਜੈਨ ਵਾਸਤੇ ਹਜੇ ਹੈ ਸੀਟਾਂ ਉਹਨਾਂ ਦੇ ਕੋਲ, ਬਟ ਜਦ ਤੁਹਾਡੇ ਕੋਲ 3 ਮੰਥਸ ਓਲਡ ਫੰਡ ਹੈ ਜੀ, ਤੇ ਇਹ ਥੋੜੀ ਜਿਹੀ ਉਹਨਾਂ ਨੂੰ ਬੱਚਿਆਂ ਨੂੰ ਈਜ਼ੀ ਹੈ ਕਿ ਯੂਕੇ ਵਾਸਤੇ ਉਹਨਾਂ ਨੂੰ ਕੋਈ ਵੀ ਇੱਦਾਂ ਦਾ ਹਰਡਲ ਨਹੀਂ ਹੈ ਜੀ। ਬਾਕੀ ਇਨਫੋਰਮੇਸ਼ਨ ਮੈਂ ਯੂਕੇ ਦੀ ਵੀ ਦਿੱਤੀ ਹੈ, ਕੈਨੇਡਾ ਦੀ ਵੀ ਦਿੱਤੀ ਹੈ, ਯੂਰਪ ਵਾਸਤੇ ਵੀ, ਜਿਨ੍ਹਾਂ ਦਾ ਅਸੀਂ ਕੁਸ਼ਚਨ ਪੁੱਛਿਆ ਸੀਗਾ ਕਿ ਬਹੁਤ 2-2.5-3 ਲੱਖ ਦਾ ਬਜਟ ਹੈ, ਉਹ ਯੂਰਪ ਚ ਵੀ ਅਪਲਾਈ ਕਰ ਸਕਦੇ ਆ। ਇੰਟੈਲੀਜੈਂਟ ਸਟੂਡੈਂਟ ਜਿਹੜੇ ਖਾਲੀ ਇੱਕ ਐਕਸਪੋਜ਼ਰ ਲੈਣਾ ਚਾਹੁੰਦੇ ਆ ਜੀ, ਤੇ ਉਹਨਾਂ ਦੇ ਵਾਸਤੇ 2-3 ਲੱਖ 3,000 ਯੂਰੋ ਦੇ ਵਿੱਚ ਯੂਰਪ ਦਾ ਵੀ ਹੋ ਜਾਂਦਾ। ਸੋ ਇਸ ਨਾਲ ਹੁਣ ਵੇਲਾ ਹੋ ਗਿਆ ਸੀ ਤੁਹਾਡੇ ਤੋਂ ਇਜਾਜ਼ ਲੈਣ ਦਾ, ਕਿਉਂਕਿ ਸਮਾਂ ਸਾਨੂੰ ਇਜਾਜ਼ ਨਹੀਂ ਦੇ ਰਿਹਾ ਹੈਗਾ, ਸਮਾਂ ਬਹੁਤ ਲਿਮਿਟਡ ਹੁੰਦਾ ਹੈਗਾ। ਸੋ ਥੈਂਕ ਯੂ ਸੋ ਮਚ ਵੀਨਾ ਜੀ, ਤੁਸੀਂ ਸਾਡੇ ਪ੍ਰੋਗਰਾਮ ਤੇ ਆਏ ਔਰ ਦਰਸ਼ਕਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਾਰਤਾਲਾਪ ਕਰਨ ਲਈ ਬਹੁਤ ਬਹੁਤ ਧੰਨਵਾਦ। ਮੈਨੂੰ ਯਾਨੀ ਦੀਪ ਸਾਈਕਲ ਨੂੰ ਦਿਓ ਇਜਾਜ਼ਤ, ਲੈ ਕੇ ਹਾਜ਼ਰ ਹੋਵਾਂਗੇ ਜੀ ਵੱਖ ਵੱਖ ਕੰਟਰੀਜ਼ ਦੇ ਬਾਰੇ ਨਿਊ ਅਪਡੇਸ਼ਨ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।